हाँ जी मित्रों, स्वागत है अपनी नवी वीडियो दे विच। आपां खड़े हां अज पटैटो दा किंग 575 महिंद्रा बाई होनी अज अपने नाल। आपां अज इहदे बारे जानकारी लैणे आ बाई, की हाल? ठीक है जी, वधिया। स्वागत है तुहाडा अपने चैनल ते। बाई जी, अज अपने किसान वीरां नूं आ ट्रैक्टर बारे जानकारी दे दिओ। कहिंदे वी पटैटो दा कहिंदे किंग आ जिहड़ा, उह 575 महिंद्रा नूं मन्निया गिआ। हां जी, ते बाई इह की क्वालिटी है जिहड़ा किसान वीर इहनूं खरीद सकण? एक तो जी ये अगे नूं पावर वध गई जी इहदी। अच्छा, महिंद्रा जोवो टच प्लस हो गया जी। जी ये 47 पावर च आ गया, पहला 45 पावर च आ। ठीक है भी मित्रों, इहदी कंपनी ने पावर जिहड़ी 2 हॉर्स पावर होर अगे नालों वधाती। हां जी, 45 तों 47 45 करती। दूजी जी इहदी शो चेंज करती, पहला एयर क्लीनर उपर निकलदा सी, प्लेन शो गोल वधिया, जानी वधिया आपां नूं लगदी आ, लुक इहदी वधिया बनाती। हां जी हां, देख लो भी मित्रों, इहदा जिहड़ा एयर कलेंडर आ उह विच करता, जिहड़ा इत्थे सीगा एयर कलेंडर चक के शो साफ प्लेन करती है ना। हां जी, ते होर बई जी, 4 व्हील ड्राइव दे विच है ना। हां जी, इह 4 सिलेंडर आ जी, 4 व्हील ड्राइव आ, डबल डिस्ट्रीब्यूटर लाता जी इहदे विच। डबल डिस्ट्रीब्यूटर नहीं आउंदा सीगा, डबल डिस्ट्रीब्यूटर करता भी, जानी 16,000 दी किट आ जी उह। जी बिल्कुल। ए बी सी गियर? ए हाई लो मीडियम आ जी। हाई लो मीडियम? ठीक है जी, हाई लो मीडियम आ ट्रैक्टर, जिहड़ा 3 स्पीडां दे विच आ जी आउंदा वा इह। ਇਹ ਜਿਵੇਂ ਆਪਣਾ ਜੀ 50 ਦੀ ਕੈਟਾਗਰੀ ਦੇ ਵਿੱਚ ਤਕਰੀਬਨ ਕੋਈ ਵੀ ਟਰੈਕਟਰ ਹਾਈ ਲੋ ਮੀਡੀਅਮ ਆਪਾਂ ਨੂੰ ਮਿਲੇ। ਮਹਿੰਦਰਾ ਦਾ ਟਰੈਕਟਰ ਆ ਜਿਹੜਾ ਹਾਈ ਲੋ ਮੀਡੀਅਮ ਮਿਲੂਗਾ ਜੀ, ਇਹਦੇ ਨਾਲ ਛੋਟਾ ਕੰਮ ਜਿਵੇਂ ਆਲੂ ਸਪੈਸ਼ਲ ਆ ਜੀ ਇਹ, ਜਾਂ ਕੋਈ ਵੱਡਾ ਪਲਾਓ, ਰੂਟਾਵੇਟਰ, ਸੁਪਰ ਸੀਡਰ, ਤਕਰੀਬਨ ਸਾਰੇ ਹੀ ਕੰਮ ਚੱਲੂਗਾ ਜੀ। ਮਿੱਤਰੋ ਸਾਰਿਆਂ ਨੂੰ ਵੱਡੀ ਗੱਲ, ਜੇ ਕਿਸੇ ਨੇ ਅੱਜ ਟਰੈਕਟਰ ਖਰੀਦਣਾ ਹੋਵੇ, ਕੰਪਨੀ ਇੰਨੀ ਹੈ ਤੇ ਡਿਸਕਾਊਂਟ ਆ ਜਿਹੜਾ ਉਹ ਦਿੱਤਾ ਗਿਆ। ਬਈ ਕਿੰਨਾ ਡਿਸਕਾਊਂਟ ਕੰਪਨੀ ਦੇ ਰਹੀ ਹੈ? 1,00,000 ਰੁਪਇਆ ਡਿਸਕਾਊਂਟ ਆ ਜੀ। ਉਹ ਵੀ ਮਿੱਤਰੋ ਜੇ ਕਿਸੇ ਨੇ ਲੈਣਾ, ਵੀ ਬਹੁਤ ਵਧੀਆ ਮੌਕਾ ਤੇ ਪੀਏਯੂ ਯੂਨੀਵਰਸਿਟੀ ਮੇਲੇ ਤੇ 575 ਯੂਬੋ ਤੇ ਸਪੈਸ਼ਲ 1,00,000 ਰੁਪਇਆ ਡਿਸਕਾਊਂਟ ਕੰਪਨੀ ਇੰਨੀ ਉਹ ਜਿਹੜਾ ਉਹ ਦਿੱਤਾ ਜਾ ਰਿਹਾ। ਇਹਦੀ 8,35 ਕੀਮਤ ਆ ਜੀ, ਆਪਣਾ ਡਿਸਕਾਊਂਟ ਕੱਟ ਕੇ ਜੀ 1,00,000 ਰੁਪਇਆ ਆਪਾਂ 7,35 ਦਾ ਦੇ ਰਹੇ ਹਾਂ। ਲੋ ਵੀ 7,35 ਦਾ, ਜਿਹਨੇ ਟਰੈਕਟਰ ਲੈਣਾ ਸਿੱਧਾ ਹੀ ਕਹਿੰਦੇ ਕੋਈ ਡੀਲਰਸ਼ਿਪ ਦਾ ਵਿੱਚ ਰੋਲ ਨਹੀਂ, ਸਿੱਧਾ ਕੰਪਨੀ ਨੇ ਜਿਹੜਾ ਬਿੱਲ ਆ ਉਹ ਆਪਾਂ ਨੂੰ ਜ਼ਿਮੀਦਾਰ ਨੂੰ ਬਈ ਜੀ ਦੇਣਾ। ਹਾਂਜੀ ਹਾਂਜੀ ਹਾਂਜੀ, ਸਿੱਧਾ ਜ਼ਿਮੀਦਾਰ ਦੇ ਨਾਂ ਤੇ ਬਿੱਲ ਹੋਣਾ ਬਈ ਜੀ। ਉਹਦੇ ਡਿਸਕਾਊਂਟ ਲੈਣ ਲਈ ਆਪਾਂ ਨੂੰ ਕੀ ਲੋੜ ਆ? ਜਿਹੜੀ ਦੇਖੋ ਜੀ, ਆਪਾਂ ਨੂੰ ਡਾਕੂਮੈਂਟ ਤਿਆਰ ਕਰਨੇ ਪੈਣੇ ਆ, ਇੱਕ ਸਰਟੀਫਿਕੇਟ ਬਣਾਉਣਾ ਪੈਣਾ ਜਲੰਧਰ ਤੋਂ ਜੇਪੀਜੀ ਦਾ, ਤੇ ਉਹ ਇੱਕ ਆਲੂ ਵਾਲਾ ਜਿਹਨੂੰ ਕਹਿੰਦੇ ਨੇ ਪੋਟੈਟੋ ਸਪੈਸ਼ਲ, ਜਿਹੜੇ ਜ਼ਿਮੀਦਾਰ ਵੀ ਆਲੂ ਬੀਜਦੇ ਆ ਉਹ ਆਪਦਾ ਜਿਹੜਾ ਜੇ ਫਾਰਮ ਆ ਉਹ ਜਲੰਧਰ ਜਲੰਧਰ ਤੋਂ ਜੇਪੀਜੀ ਤੋਂ ਬਣਾਉਣਾ ਪੈਣਾ। ਜੇਪੀਜੀ ਤੋਂ ਜਿਹੜਾ ਜੇ ਨਹੀਂ ਵੀ ਬੰਦਾ ਬਣਾ ਸਕਦਾ, ਉਹ ਅਸੀਂ ਆਪ ਖੁਦ ਬਣਾ ਦਿੰਨੇ ਆ, ਉਹਦੀ ਫੀਸ ਹੁੰਦੀ ਆ ਥੋੜੀ ਜੀ। ਵੀ ਬੰਦਾ ਆਪਣੀ ਖੇਤੀ ਕਰਦਾ ਹੋਣਾ ਚਾਹੀਦਾ ਵਾ, ਜਿਹੜਾ ਉਹਦਾ ਸਰਟੀਫਿਕੇਟ ਆ ਉਹ ਕਹਿੰਦੇ ਬਈ ਹੋਣੀ, ਅਸੀਂ ਆਪ ਹੀ ਜਿਹੜਾ ਤਿਆਰ ਕਰਵਾ ਦਾਂਗੇ ਡਾਕੂਮੈਂਟ। ਹਾਂ, ਉਹਦਾ ਆਧਾਰ ਕਾਰਡ ਚਾਹੀਦਾ ਆਪਾਂ ਨੂੰ, ਪੈਨ ਕਾਰਡ ਚਾਹੀਦਾ ਤੇ ਫੋਟੋ ਚਾਹੀਦੀ ਹੈ। ਠੀਕ ਹੈ ਜੀ। ਚਲ ਵੀ ਮਿੱਤਰੋ, ਦੇਖ ਸਕਦੇ ਹੋ ਜੀ 1,00,000 ਰੁਪਇਆ ਕਹਿੰਦੇ ਸਿੱਧੀ ਜ਼ਿਮੀਦਾਰ ਨੂੰ ਜਿਹੜੀ ਉਹ ਆਪਾਂ ਆਫਰ ਆ ਕੰਪਨੀ ਇੰਨੀ ਉਹ। ਬਈ ਜੀ ਕੋਈ ਖਾਸ ਕਾਰਨ ਆਫਰ ਦੇਣ ਦਾ? ਖਾਸ ਇਹੀ ਜੀ, ਜਿਵੇਂ ਹੁਣ ਆਲੂਆਂ ਦਾ ਸੀਜ਼ਨ ਆਉਣਾ ਜੀ, ਗਾਹਾਂ ਆਪਣੇ ਲੋਕਾਂ ਨੂੰ ਥੋੜੀ ਜਿਹੀ ਸਹੂਲਤ ਮਿਲ ਜਾਂਦੀ ਹੈ, ਟਰੈਕਟਰ ਉਸ ਘੱਟ ਕੀਮਤ ਦੇ ਵਿੱਚ ਮਿਲ ਜਾਂਦਾ ਵਾ, ਤੇ ਕੰਮ ਆਪਣਾ ਜਿਹੜਾ ਸਾਰਾ ਹੀ ਕਰ ਦਿੰਦਾ ਜਿਵੇਂ ਆਲੂ ਸਪੈਸ਼ਲ ਲਈ ਹੈ ਜੀ। ਜੀ ਕਿਵੇਂ ਆ ਬਾਈ ਜੀ, ਖਿਚਾਈ ਤੇਲ ਖਰਚਾ ਕਿਵੇਂ ਆ ਟਰੈਕਟਰ ਦਾ? ਇਹ ਪੂਰੇ ਲੋਡ ਤੇ ਤਕਰੀਬਨ 5 ਕਿਲੀਟਰ, 4.5 ਲੀਟਰ ਦੇ ਕਰੀਬ ਆ। ਕਹਿੰਦੀ ਇਹ ਤਾਂ ਆਮ ਟਰੈਕਟਰਾਂ ਨਾਲੋਂ ਸਾਰਿਆਂ ਨਾਲੋਂ ਘੱਟ ਜਿਹੜਾ ਤੇਲ ਖਰਚਾ ਉਹ ਮਹਿੰਦਰਾ ਦਾ ਬਾਈ, ਮਹਿੰਦਰਾ ਦਾ। ਹਾਂਜੀ, ਇਹ ਪਹਿਲਾਂ ਹੀ ਆਪਾਂ ਸਾਰੇ ਪੁਰਾਣੇ ਜ਼ਿਮੀਦਾਰ ਜਾਣਦੇ ਆ ਵੀ ਮਹਿੰਦਰਾ ਜਿਹੜਾ ਤੇਲ ਖਰਚੇ ਤੋਂ ਪਹਿਲਾਂ ਹੀ ਸਾਰਿਆਂ ਨਾਲੋਂ ਘੱਟ ਤੇਲ ਕਹਿੰਦੇ ਆ ਮਹਿੰਦਰਾ ਖਾਂਦਾ, ਹੈਨਾ ਜਾਣਿਆ ਜਾਂਦਾ ਇਹ ਚੀਜ਼ ਚ। ਮਹਿੰਦਰੇ ਦੇ ਵਿੱਚ ਇਹ ਖੂਬੀ ਆ ਜੀ, ਜਿਵੇਂ ਮੰਨ ਲਓ ਲੋੜ ਮੁਤਾਬਕ ਤੇਲ ਖਾਊਗਾ, ਜੇ ਆਪਾਂ ਖਾਲੀ ਚਲਾਵਾਂਗੇ ਤਾਂ ਘਟਾਊਗਾ, ਤੇ ਹੋਰ ਮੰਨ ਲਓ ਲੋੜ ਤੇ 5 ਲੀਟਰ ਖਾਂਦਾ ਤਾਂ ਖਾਲੀ ਤੇਲ ਨਹੀਂ ਲੱਗਦਾ, ਖਾਲੀ ਪਰ ਜਾਂਦਾ ਵੀ ਇਹ 5 ਲੀਟਰ ਹੀ ਖਾਊਗਾ, 5 ਲੀਟਰ ਹੀ ਖਾਊਗਾ। ਤੇ ਜਿਹੜੀ ਐਵਰੇਜ ਹੈ ਜਿਹੜੀ ਉਹ ਟਰੈਕਟਰ ਦੀ ਬਹੁਤ ਸੋਹਣੀ ਹੈ ਜਿਹੜੀ ਹੈਗੀ ਆ, ਤੇ ਇਹੀ ਸਾਈਜ਼ ਕਿ ਕਹਦਾ ਬਈ ਜੀ ਕਰਾਰੋ ਦਾ, ਕਰਾਰੋ ਸੈਕਰੋ ਮੈਕਸ ਦਾ ਗੇਅਰ ਬਾਕਸ ਉਹ ਵੀ ਕਰਾਰੋ ਦਾ ਗੇਅਰ ਆ ਜਿਹੜਾ ਪੂਰਾ, ਜਿਹਨੂੰ 1 ਨੰਬਰ ਦੁਨੀਆ ਵਰਲਡ ਦਾ ਗੇਅਰ ਗਿਣਿਆ ਜਾਂਦਾ ਉਹ ਲੱਗਿਆ ਹੋਇਆ ਹੈ, ਹਨਾ ਵਧੀਆ ਕੁਆਲਿਟੀ ਦਾ ਕੰਮ ਕੀਤਾ ਜਾਂਦਾ ਇਹਦੇ ਵਿੱਚ। ਹੋਰ ਆ ਜੀ, ਪਹਿਲਾਂ ਆਪਣੇ 13 ਦੇ ਟਾਇਰ ਆਉਂਦੇ ਹੁੰਦੇ ਸੀ, ਹੁਣ 14 ਦੇ ਕਰਤੇ ਆ, ਤੇ ਮਗਰਲੇ ਟਾਇਰ ਵੀ 14 ਦੇ ਕਰਤੇ ਆ ਜੀ। ਬਹੁਤ ਵਧੀਆ ਗੱਲ। ਹਾਂਜੀ ਬਾਈ ਜੀ, ਜਿਵੇਂ ਅੱਜ ਕੱਲ ਰਿਵਾਜ ਚੱਲਦਾ ਵੱਡੀਆਂ ਮਸ਼ੀਨਾਂ ਦਾ, ਬੀਜਣ ਵਾਲੀਆਂ, ਪੱਟਣ ਵਾਲੀਆਂ ਦਾ, ਲਿਫਟ ਕੰਪੈਸਟੀ ਕਿਵੇਂ ਆ ਬਾਈ? ਇਹਦੀ 2000 ਕੇਜੀ ਤੱਕ ਲਿਫਟ ਕੰਪੈਸਟੀ ਚੱਲੀ ਜਾਂਦੀ ਆ, ਹੁਣ ਇਹਦੀ ਹੈਗੀ 1800 ਦੇ ਵਿੱਚ ਜੀ। ਜੇ ਆਪਾਂ ਥੋੜੀ ਜਿਹੀ ਇਹਨੂੰ ਪਲੱਸ ਕਰੀਏ ਤਾਂ 2000 ਵਿੱਚ ਚੱਲੀ ਜਾਂਦੀ ਆ। ਮੰਨ ਲਓ ਆਲੂ ਬੀਜਣ ਵਾਲੀ ਮਸ਼ੀਨ 13 ਦੀ ਹੋ ਜੂਗੀ, 14 ਕੁਇੰਟਲ ਦੀ ਹੋ ਜੂ, ਯਾਨੀ ਕਿ ਪ੍ਰੋਬਲਮ ਹੀ ਨਹੀਂ ਆਏਗੀ, ਪ੍ਰੋਬਲਮ ਨਹੀਂ। ਪੂਰੇ ਆਪਾਂ ਵੇਟ ਬੂਟ ਪਾ ਕੇ ਇਹਨੂੰ ਪੂਰਾ ਵਜਨ ਪਾ ਕੇ ਇਹਨੂੰ ਆਪਾਂ ਚਲਾ ਸਕਦੇ ਹਾਂ, ਯਾਨੀ ਕਿ ਕੋਈ ਲਿਫਟ ਕੰਪੈਸਟੀ ਇਹਦੀ ਇੰਨੀ ਗਾ ਵੀ ਉਹਨੂੰ ਮਸ਼ੀਨ ਕੋਈ ਪਾ ਲਿਓ, ਕੋਈ ਵੀ ਮਸ਼ੀਨ ਵਿੱਚ ਪ੍ਰੋਬਲਮ ਆ ਜਿਹੜੀ ਉਹ ਦੇਊ ਨਹੀਂ ਆਪਾਂ। ਹਾਂ, ਕੋਈ ਪ੍ਰੋਬਲਮ ਨਹੀਂ ਆਉਗੀ। ਠੀਕ ਆ ਬਾਈ ਜੀ, ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ। ਧੰਨਵਾਦ।